ਸਤਿ ਸ਼੍ਰੀ ਅਕਾਲ ਦੋਸਤੋ, ਸੁਣਿਆ ਕਹਿੰਦੇ ਉਹ ਨਿਊਜ਼ ਨਾਲ ਜੀ ਆਈ ਹੈ, ਕਹਿੰਦੇ ਵੀ ਟਿਕਟੋਕ ਬੈਨ ਹੋ ਰਹੀ ਹੈ, ਤੇ ਮੈਂ ਬਹੁਤ ਦੇਖਦਾ ਹੁੰਦਾ ਸੀ ਇਹਨਾਂ ਵੀ, ਚਲੋ ਖੁਦ ਵੀ ਹੈ ਨਾ ਜਸਟ ਫੋਰ ਫਨ ਲਈ ਯੂਜ਼ ਕਰਦਾ ਹੁੰਦਾ ਸੀ, ਪਰ ਮੈਂ ਆਪਣੇ ਉਹਨਾਂ ਦੋਸਤਾਂ ਨੂੰ ਮਿੱਤਰਾਂ ਨੂੰ ਸਾਰਿਆਂ ਨੂੰ ਇੱਕ ਚੀਜ਼ ਮੈਸੇਜ ਦੇਣਾ ਚਾਹੁੰਦਾ ਇਸ ਮਸਲੇ 'ਤੇ, ਕਿਉਂਕਿ ਬਹੁਤ ਸਾਰੇ ਇੰਨੇ ਟੈਲੈਂਟਡ ਲੋਕ ਮੈਂ ਦੇਖੇ ਨੇ, ਮੁੰਡੇ ਕੁੜੀਆਂ ਸਾਰੇ ਹੈ ਨਾ, ਵੀ ਜਿਨ੍ਹਾਂ ਲਈ ਇਹ ਬਹੁਤ ਵੱਡਾ ਪਲੇਟਫਾਰਮ ਸੀ, ਜਿਨ੍ਹਾਂ ਨੇ ਬਹੁਤ ਵੱਡਾ ਨਾਮ ਕਮਾਇਆ ਜਾਂ ਕੁਛ ਐਂ, ਮੈਂ ਸਿਰਫ ਇੱਕ ਸੁਜੈਸ਼ਨ ਦੇਣਾ ਚਾਹੁੰਦਾ, ਅਤੇ ਦੋਸਤੋ ਵੀ ਡਿਪਰੈਸਡ ਨਹੀਂ ਹੋਣਾ, ਅਤੇ ਇਹ ਚੀਜ਼ ਨੂੰ ਐਂ ਨਹੀਂ ਲੈਣਾ ਵੀ ਹਾਏ ਮੈਂ ਤਾਂ ਇੰਨੇ ਫੋਲੋਅਰ ਖੱਟੇ ਸੀ ਹੁਣ ਜੀ ਕਿੱਦਾਂ ਹੋਊਗਾ, ਬਸ ਜਸਟ ਇੰਨੀ ਗੱਲ ਵੀ ਜੇ ਪਹਿਲਾਂ ਮਿਊਜ਼ਿਕਲੀ ਸੀ, ਫਿਰ ਉਹ ਟਿਕਟੋਕ 'ਚ ਆ ਗਿਆ, ਅਤੇ ਉਦੋਂ ਬਾਅਦ ਕੋਈ ਹੋਰ ਸ਼ਹਿ ਆ ਜੂ ਉਹ 'ਤੇ ਆ ਜਾਵਾਂਗੇ, ਕੋਈ ਚੱਕਰ ਨਹੀਂ, ਸੋ ਇਹ ਟੈਨਸ਼ਨ ਟੁਨਸ਼ਨ ਵਾਲੀ ਗੱਲ ਨਹੀਂ ਵੀ ਡਿਪਰੈਸਡ ਨਹੀਂ ਹੋਣਾ ਵੀ ਹਾਏ ਹਾਏ ਨਹੀਂ ਕਰਨਾ, ਯੂਟਿਊਬ ਪਈ ਹੈ ਅਤੇ ਹੋਰ ਬਹੁਤ ਸਾਰੀਆਂ ਐਪਸ ਨੇ, ਮਤਲਬ ਜਿਹ 'ਚ ਟੈਲੈਂਟ ਹੈ ਉਹ ਤਾਂ ਕਿਤੇ ਵੀ ਸ਼ੋਅ ਕਰ ਸਕਦੇ ਹਾਂ, ਅਤੇ ਹੁਣ ਇੱਕ ਚਿਹਰਾ ਬਣਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਟਿਕਟੋਕ ਬੈਨ ਦੀ ਨਿਊਜ਼ ਆਈ ਹੈ, ਮਤਲਬ ਟਿਕਟੋਕ ਬੈਨ ਹੋ ਰਹੀ ਆ, ਅਤੇ ਇਸ ਨਿਊਜ਼ ਨੂੰ ਲੈ ਕੇ ਜਾਂ ਇਸ ਗੱਲ ਨੂੰ ਲੈ ਕੇ ਕਿਸੇ ਨੇ ਸਟ੍ਰੈਸ 'ਚ ਨਹੀਂ ਆਉਣਾ, ਬਿਕੋਜ਼ ਤੁਹਾਡੇ ਬਹੁਤ ਜ਼ਿਆਦਾ ਟੈਲੈਂਟ ਆ, ਤੁਸੀਂ ਉਹਨੂੰ ਆਪਣੇ ਕਿਸੇ ਵੀ ਪਲੇਟਫਾਰਮ 'ਤੇ ਤੁਸੀਂ ਉਹਨੂੰ ਲਿਆ ਸਕਦੇ ਹੋ, ਬਿਕੋਜ਼ ਜਿਹੜੇ ਟੈਲੈਂਟਡ ਬੰਦੇ ਆ ਜਿਨ੍ਹਾਂ 'ਚ ਟੈਲੈਂਟ ਹੈਗਾ, ਅਤੇ ਉਹਨਾਂ ਨੂੰ ਪਲੇਟਫਾਰਮਾਂ ਦੀ ਘਾਟਾ ਨਹੀਂ ਗਾ, ਸੋ ਮਤਲਬ ਡਿਪਰੈਸ ਨਹੀਂ ਹੋਣਾ, ਸਟ੍ਰੈਸ ਨਹੀਂ ਲੈਣੀ, ਆਪੋ ਆਪਣਾ ਧਿਆਨ ਰੱਖਣਾ ਸਾਰਿਆਂ ਨੇ, ਠੀਕ ਹੈ, ਅਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਜਿਉਂਦੇ ਵਾਸਤੇ ਰਹੋ। ਬਸ ਇੱਕ ਸਾਰਿਆਂ ਨੂੰ ਮੈਸੇਜ ਸੀ ਵੀ ਤਗੜੇ ਰਹੋ, ਕੋਈ ਚੱਕਰ ਵਾਲੀ ਗੱਲ ਨਹੀਂ, ਆਉਂਦਾ ਰਹਿੰਦਾ ਨਿੱਕਾ ਮੋਟਾ ਕੰਮ ਹੈ, ਅਤੇ ਕੋਈ ਨਾ ਕੋਈ ਹੋਰ ਸ਼ਾਇਦ ਆ ਜੂਗੀ, ਕੋਈ ਚੱਕਰ ਵਾਲੀ ਗੱਲ ਨਹੀਂ, ਜਿਹੜੇ ਟੈਲੈਂਟਡ ਬੰਦੇ ਆ ਕੋਈ ਮਸਲਾ ਨਹੀਂ ਉਹਨਾਂ ਨੂੰ। ਗੋਡ ਬਲੈਸ ਯੂ, ਚੀਅਰਸ। ਸਤਿ ਸ਼੍ਰੀ ਅਕਾਲ ਜੀ, ਟਿਕਟੋਕ ਬੈਨ ਦੀ ਨਿਊਜ਼ ਕਰਕੇ ਕਿਸੇ ਨੇ ਨਿਰਾਸ਼ ਨਹੀਂ ਹੋਣਾ, ਹੁਣ ਇਸ ਕਰਕੇ ਕੋਈ ਡਿਪਰੈਸ਼ਨ 'ਚ ਨਾ ਚੱਲ ਜਾਓ ਮੇਰਾ ਵੀਰ, ਤੁਹਾਡਾ ਟੈਲੈਂਟ ਤੁਹਾਡੇ ਨਾਲ ਰਹੂਗਾ, ਔਰ ਤੁਹਾਨੂੰ ਬਹੁਤ ਸਾਰੇ ਪਲੇਟਫਾਰਮਸ ਮਿਲਣਗੇ ਪਰਫੋਰਮ ਕਰਨ ਲਈ, ਸੋ ਟੈਨਸ਼ਨ। ਦੋਸਤੋ, ਜਿੱਦਾਂ ਕਿ ਟਿਕਟੋਕ ਬੰਦ ਹੋਣ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ, ਔਰ ਮੇਰੀ ਬੇਨਤੀ ਹੈ ਸਾਰੇ ਦੋਸਤਾਂ ਨੂੰ, ਟਿਕਟੋਕਰ ਨੂੰ ਸਪੈਸ਼ਲੀ, ਕਿ ਡਿਪਰੈਸ਼ਨ 'ਚ ਨਾ ਚਲੇ ਜਾਇਓ, ਜੇ ਤੁਹਾਡੇ 'ਚ ਟੈਲੈਂਟ ਹੈਗਾ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਹੋਰ ਵਾਧੂ ਪਲੇਟਫਾਰਮ ਹੈਗੇ ਆ, ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ, ਹੋਰ ਵੀ ਐਪਲੀਕੇਸ਼ਨਸ ਕਾਫੀ ਹੈਗੀਆਂ ਨੇ, ਅਤੇ ਆਪਾਂ ਸਾਰੇ ਕਲਾਕਾਰ ਤਾਂ ਹੈਗੇ ਹਾਂ ਤੁਹਾਨੂੰ ਸਪੋਰਟ ਕਰਨ ਦੇ ਲਈ, ਟੈਨਸ਼ਨ ਨਹੀਂ ਲੈਣੀ, ਲਵ ਯੂ ਆਲ, ਸਟੇ ਟਿਊਨਡ।